ਹਾਂਜੀ ਸਤਿਗੁਰਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਅੱਜ ਦਾ ਜਿਹੜਾ ਪਹਿਲੀ ਅੱਜ ਦੀਆਂ ਖਬਰਾਂ ਜਿਹੜੀ ਸਭ ਤੋਂ ਪਹਿਲੀ ਖਬਰਾਂ ਜੀ ਸ਼ੁਰੂਆਤ ਕਰਨਾ ਚਾਹਾਂਗੇ ਜੋ ਲੰਡਨ ਵਿੱਚ ਕੱਲ ਤੀਰ ਇੱਕ ਟਰੱਕ ਇੱਕ ਕੰਟੇਨਰ ਜਿਹੜਾ ਰੁਕਿਆ ਗਿਆ ਉਹਦੇ ਵਿੱਚ ਜਿਹੜੀਆਂ 39 39 ਲਾਸ਼ਾਂ ਬਰਾਮਦ ਹੋਈਆਂ ਸੀ ਜਿਹੜੀ ਜੋ ਕਿ ਸਾਰੀਆਂ ਸਾਰੀਆਂ ਚਾਈਨਾ ਨਿਵਾਸੀ ਸੀ ਚਾਈਨਾ ਦੇ ਬੰਦੇ ਸੀਗੇ ਉਸ ਉਹਨਾਂ ਦੇ ਟੈਲੀਫੋਨ ਮੋਬਾਈਲ ਜਿਹੜਾ ਚੈੱਕ ਕੀਤੇ ਦੇਖਣ ਲਈ ਤੇ ਇਹ ਜਿਹੜਾ ਚੈੱਕ ਸੀ 2 ਨੰਬਰ ਵਿੱਚ ਬੰਦੇ ਬੈਲਜੀਅਮ ਤੋਂ ਆਪਣਾ ਇੰਗਲੈਂਡ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਪੁਲਸ ਨੇ ਇਹਨਾਂ ਦੇ ਮੋਬਾਈਲ ਇਹਨਾਂ ਦੇ 스마트ਫੋਨ ਮੋਬਾਈਲ ਤਕਰੀਬਨ ਚੈੱਕ ਕੀਤੇ ਚੈੱਕ ਕਰਨ ਚੈੱਕ ਕਰਨ ਦਾ ਕੰਮ ਇਸੀ ਦਾ ਮੇਨ ਮਕਸਦ ਇਹ ਸੀ ਕਿ ਇਹਨਾਂ ਤੋਂ ਸ਼ਾਇਦ ਕਿਸੇ ਏਜੰਟ ਦਾ ਪਤਾ ਲੱਗ ਸਕੇ ਜਿਸ ਕਾਰਨ ਇਹ ਇੰਨਾ ਨਰ ਸੰਘਾਰ ਹੋ ਗਿਆ ਇਹਨਾਂ ਬੰਦਿਆਂ ਦੀਆਂ 39 ਬੰਦਿਆਂ ਦੀ ਮੌਤ ਮੌਤ ਦੇ ਜਿਹੜੇ ਕਾਰਨ ਬਣੇ ਕਿ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਵਿੱਚ ਜੋ ਕੁਛ ਜਿਹੜੇ ਬੰਦੇ ਸੀ ਉਹਨਾਂ ਦੇ ਮੋਬਾਈਲਾਂ ਦੇ ਜਿਹੜੇ ਲਾਸਟ ਮੈਸੇਜ ਸੀਗੇ ਉਹ ਇੱਕ ਸਗਾ ਮੋਯੋ ਤੀਆਂ ਮਮ ਮੋਯੋ ਜਣ ਕੇ ਮੈਂ ਮਾਰ ਰਿਹਾ ਪਰ ਮੈਂ ਤੈਨੂੰ ਪਿਆਰ ਕਰਦਾ ਮੰਮੀ ਤੇ ਇਹਦੇ ਵਿੱਚ ਇੱਕ ਸਗਾ ਮੀ ਦੀਸ ਪਿਆਰ ਤੇ ਮਮਾ ਕਿ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਜਾਂ ਮੈਂ ਸੌਰੀ ਫੀਲ ਕਰਦਾ ਤਾਂ ਅਕਦਾ ਮੈਂ ਮੈਂ ਆਪਣੀ ਗਲਤੀ ਮੰਨਦਾ ਹਰ ਕਿਸਮ ਨਾਲ ਤੁਸੀਂ ਇਹਨੂੰ ਕਰ ਸਕਦੇ ਆ ਇਲ ਮਿਓ ਬਿਆਚ ਮੇਰਾ ਜਿਹੜਾ ਸਫਰ ਸੀ ਆ ਲੈਸਤਰੋ ਜਿਹੜਾ ਮੇਰਾ ਸਫਰ ਬਾਹਰ ਜਾਣ ਦਾ ਸੀ ਪ੍ਰਵਾਸੀ ਹੋਣ ਦਾ ਨੋਨੇ ਆਂਦਾ ਤੂਬੇ ਨੇ ਇਹ ਕੋਈ ਚੰਗਾ ਸਫਰ ਨਹੀਂ ਗਿਆ ਇਹਦੇ ਵਿੱਚ ਕੁਝ ਗਲਤ ਕੁਝ ਮਾੜਾ ਹੋ ਗਿਆ ਤਿਆਮੂ ਖੁਜੀ ਤਾਨ ਤੋ ਮੈਂ ਤੈਨੂੰ ਬਹੁਤ ਸਾਰਾ ਪਿਆਰ ਕਰਦਾ ਸਤੋ ਮੋਰੈਂਡੋ ਮੈਂ ਇਸ ਟਾਈਮ ਮਰ ਰਿਹਾ ਪਰਕੇ ਕਿਉਂਕਿ ਨਹੀਂ ਪਾਸੋ ਰੈਸਪੀਰੇ ਕਿਉਂਕਿ ਹੁਣ ਮੈਂ ਸਾਹ ਨਹੀਂ ਲੈ ਸਕਦਾ ਆਕਸੀਜਨ ਘਟ ਰਹੀ ਆ ਤਕਰੀਬਨ ਇਦਾਂ ਦੇ ਤਕਰੀਬਨ ਤਕਰੀਬਨ 2-3 ਬੰਦਿਆਂ ਦੇ ਇਹਨਾਂ ਦਾ ਸੇ 26 ਸਾਲ ਦਾ ਸਿਕਾ ਜੋ ਉਹਨੇ ਆਪਣਾ ਮੈਸੇਜ ਭੇਜਿਆ ਜੀ ਜਿਉਂਨੇ ਆਪਣਾ ਲਾਸਟ ਨਹੀਂ ਆਪਣੀ ਮੰਮੀ ਨੂੰ ਮੈਸੇਜ ਜਿਹੜਾ ਭੇਜਿਆ ਇਹ ਇਦਾਂ ਦੇ ਮੈਸੇਜ ਹੋਰ ਵੀ ਸਗੇ ਬੰਦਿਆਂ ਦੇ ਬਾਕੀ ਫਿਲਹਾਲ ਇੱਕ ਹੀ ਜਿਹੜਾ ਮੈਸੇਜ ਜਿਹੜੋਂ ਨੇ ਸ਼ੇਅਰ ਕੀਤਾ ਜੀ ਇਹ ਹੈ ਜੀ ਜ਼ਿੰਦਗੀਆਂ ਦਾਅ ਉਤੇ ਲਾ ਕੇ ਜਦੋਂ ਬੰਦੇ ਬਾਹਰ ਲਈ ਕਿਸੇ ਹੋਰ ਕੰਦੇ ਦੇ ਵਿੱਚ ਵਧੀਆ ਪਿਛਲੇ ਵਧੀਆ ਫਿਊਚਰ ਲਈ ਜਾਂਦੇ ਆ ਇਦਾਂ ਦੇ ਕੰਮ ਵੀ ਉਹਨਾਂ ਦੇ ਨਾਲ ਹੋ ਜਾਂਦੇ ਆ ਜੀ ਹਾਦਸੇ ਜੋ ਕਿ ਪਹਿਲੀ ਵਾਰ ਨਹੀਂ ਬਹੁਤ ਵਾਰ ਹੁੰਦੇ ਆ ਡੌਂਕੀਆਂ ਵਿੱਚ ਵੀ ਇਦਾਂ ਦੇ ਹੁੰਦੇ ਆ ਤੇ ਇਹ ਸੀ ਇੱਕ ਬਹੁਤ ਹੀ ਜੋ ਕਿ ਜੋ ਅੱਜ ਦੀਆਂ ਖਬਰਾਂ ਵਿੱਚ ਅਸੀਂ ਅਸੀਂ ਮੈਂ ਦੇਖੋ ਜੀ ਤੁਹਾਨੂੰ ਅਸੀਂ ਉਹੀ ਖਬਰ ਦਿੰਨੇ ਆ ਤੁਹਾਨੂੰ ਜੋ ਕਿ ਇਟਾਲੀਅਨ ਨਿਊਜ਼ ਦੇ ਵਿੱਚ ਆਂਦੀ ਹੈ ਇਟਾਲੀਅਨ ਖਬਰਾਂ ਦੇ ਵਿੱਚ ਆਂਦੇ ਆ ਵਿਚ ਆਉਂਦੀਆਂ ਬਾਕੀ ਨਿਊਜ਼ਾਂ ਇਦਾਂ ਦੀਆਂ ਹੀ ਹੁੰਦੀਆਂ ਹਰ ਨਿਊਜ਼ ਖੁਸ਼ੀ ਵਾਲੀ ਹਰ ਨਿਊਜ਼ ਖੁਸ਼ਹਾਲੀ ਵਾਲੀ ਨਹੀਂ ਹੁੰਦੀ ਜ਼ਿਆਦਾਤਰ ਨਿਊਜ਼ਾਂ ਇਦਾਂ ਦੀਆਂ ਹੀ ਹੁੰਦੀਆਂ ਬਾਕੀ ਤੁਹਾਨੂੰ ਸਾਡੀ ਜਿਹੜੀ ਮੇਨ ਸਾਡਾ ਮਕਸਦ ਹੈ ਕਿ ਤੁਹਾਨੂੰ ਜਿਹੜੀਆਂ ਨਿਊਜ਼ ਹਰ ਇੱਕ ਨਿਊਜ਼ ਦਾ ਪਤਾ ਹੋਵੇ ਜੋ ਤੁਹਾਡੇ ਆਲੇ ਦੁਆਲੇ ਨੇੜੇ ਤੇੜੇ ਹੋ ਰਿਹਾ ਜੀ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਇਨਫਾਰਮੇਸ਼ਨ ਹੋਣੀ ਚਾਹੀਦੀ ਹੈ ਜੀ ਦੂਜੀ ਖਬਰ ਇੰਡੀਆ ਤੋਂ ਜਿੱਥੇ ਨਵੀਂ ਦਿੱਲੀ ਵਿੱਚ ਨਿਉ ਦਿੱਲੀ ਦੇ ਵਿੱਚ ਪਟਾਕੇ ਫੁੱਲ ਸੜੀਆਂ ਤੇ ਆਸਤਵਾਜੀਆਂ ਚਲਾਉਣ ਤੋਂ ਮਨਾਹੀ ਕਰ ਦਿੱਤੀ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਵਾਤਾਵਰਨ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਜੀ ਤੇ ਇਸ ਕਰਕੇ ਇਸ ਟਾਈਮ ਇਹਨਾਂ ਦਿਨਾਂ 'ਚ ਹਵਾ ਘੱਟ ਚੱਲ ਰਹੀ ਹੈ ਤੇ ਜਿਹੜੀ ਧੁੰਦ ਆ ਉਹ ਵੱਧ ਰਹੀ ਹੈ ਜਿਸ ਕਰਕੇ ਜਿਹੜਾ ਪ੍ਰਦੂਸ਼ਣ ਆ ਉਹ ਤਕਰੀਬਨ ਬਾਹਰ ਨਹੀਂ ਜਾ ਰਿਹਾ ਜ਼ਿਆਦਾ ਉੱਥੇ ਫੈਲਦਾ ਹੈ ਇਸ ਕਰਕੇ ਉਹ ਕਹਿੰਦੇ ਕਿ ਇਸ ਨੂੰ ਘਟਾਉਣ ਦੇ ਲਈ ਸਿਰਫ ਇੱਕ ਹੀ ਇਹ ਤਾਂ ਇਸ ਨੂੰ ਕਟਾਉਣ ਦਾ ਇੱਕ ਹੀ ਉਪਾਏ ਹੈ ਇੱਕ ਹੀ ਤਰੀਕਾ ਜੋ ਕਿ ਸੁਪਰੀਮ ਕੋਰਟ ਨੇ 2018 ਦੇ ਵਿੱਚ ਕੀਤਾ ਸੀ ਕਿ ਜਿਹੜੀਆਂ ਵੈਂਦੀਆਂ ਦੀ ਫੋਕੀ ਦੀ ਆਰਟੀਫੀਸੋ ਵੈਂਦੀਤਾ ਦੀ ਫੋਕੀ ਦੇ ਆਰਟੀਫੀਸੋ ਜਿਹੜੇ ਹੁੰਦੇ ਆਪਣੀਆਂ ਆਸ਼ਤਵਾਜੀਆਂ ਫੁੱਲ ਚੜੀਆਂ ਪਟਾਕੇ ਕੁੱਕੜ ਪਟਾਕਾਂ ਛੜ ਛੜੀ ਪਟਾਕਾ ਖੜੇ ਕਿੜਾ ਕਿੜਾ ਗੱਠੇ ਪਟਾਕੇ ਜਿਹੜੇ ਵੀ ਪਟਾਕੇ ਹੁੰਦੇ ਸਾਰੇ ਸਾਰੇ ਬੰਦ ਕੀਤੇ ਜਾਣ ਸਿਰਫ ਤੇ ਸਿਰਫ ਕਿਉਂਕਿ ਇਹਨਾਂ ਦਿਨਾਂ 'ਚ ਦੀਵਾਲੀ ਤੇ ਤੁਹਾਨੂੰ ਪਤਾ ਕਿ ਦੀਵਾਲੀ ਤੇ ਬਹੁਤ ਰੌਣਕ ਹੁੰਦੀ ਹੈ ਇੰਡੀਆ ਦੇ ਵਿੱਚ ਤਕਰੀਬਨ ਸਿਰਫ ਦਿੱਲੀ ਨੇ ਸਾਰੇ ਇੰਡੀਆ ਦੇ ਵਿੱਚ ਰੌਣਕ ਹੁੰਦੀ ਹੈ ਪਟਾਕੇ ਫੁੱਲ ਚੜੀਆਂ ਆਸਮਾਨ ਦੇ ਵਿੱਚ ਸਾਨੂੰ ਨਾਰਮਲ ਹੀ ਦੇਖਣ ਨੂੰ ਮਿਲਦੀ ਮਿਲਦੀਆਂ ਜੀ ਤੇ ਸਿਰਫ ਤੇ ਸਿਰਫ ਜਿਹੜੀਆਂ ਆਸ਼ਵਾਜੀਆਂ ਜਾਂ ਪਟਾਕੇ ਫੁੱਲ ਜੜੀਆਂ ਜੋ ਵੀ ਹੈਗੀਆਂ ਉਹੀ ਵੇਖ ਰਹੀਆਂ ਜੀ ਜਿਨ੍ਹਾਂ ਦੇ ਵਿੱਚ ਸੁਸਤਾਨ ਸੇ ਵਿਲੇਨੋਸ ਹੈ ਕਹਿੰਦਾ ਮਤਲਬ ਪ੍ਰਦੂਸ਼ਣ ਦੇ ਜਿਹੜੇ ਘਟਾਉਣ ਨੂੰ ਨੇ ਉਹ ਘਟ ਨੇ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਬਹੁਤ ਜ਼ਿਆਦਾ ਘਟ ਹੁੰਦਾ ਕਿਉਂਕਿ ਦੀਵਾਲੀ ਦੇ ਦਿਨ ਤੇ ਤਕਰੀਬਨ ਇਹੀ ਕਹਿੰਦੇ ਵਾਤਾਵਰਨ ਦਾ ਪ੍ਰਦੂਸ਼ਣ ਬਹੁਤ ਫੈਲ ਜਾਂਦਾ ਹੈ ਜੀ ਤੇ ਦਿੱਲੀ ਦੇ ਵਿੱਚ ਤਕਰੀਬਨ ਇਸ ਟਾਈਮ ਸੱਤ ਦੁਕਾਨਾਂ ਨੇ ਸੱਤ ਦੁਕਾਨਾਂ ਨੇ ਜਿਨ੍ਹਾਂ ਦੇ ਕੋਲ ਇਸ ਟਾਈਮ ਲਾਇਸੈਂਸ ਆ ਕਾਟੇ ਪ੍ਰਦੂਸ਼ਣ ਵਾਲੀਆਂ ਜਾਫੇ ਜਿਹੜੀਆਂ ਪ੍ਰਦੂਸ਼ਣ ਨਹੀਂ ਫੁਲਾਉਂਦੀਆਂ ਉਹ ਫੁੱਲ ਜਿਹੜੀਆਂ ਪਟਾਕੇ ਵੇਚਣ ਦਾ ਜਦ ਕਿ 2017 ਨੂੰ ਦੇਖੀਦਾ 2017 ਦੇ ਵਿੱਚ 70 ਤੋਂ ਵੱਧ ਲਾਇਸੈਂਸ ਹੈਗੇ ਜਿਹੜੇ ਇਹ ਗ੍ਰੀਨ ਪਟਾਕੇ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਗ੍ਰੀਨ ਪਟਾਕੇ ਫੁੱਲ ਚੜੀਆਂ ਜਿਹੜੇ ਵੇਚਦੇ ਸੀ ਪਰ ਜਿਹੜੀਆਂ ਸੱਤ ਦੁਕਾਨ ਵਾਲੇ ਵੇਚ ਰਹੇ ਉਹ ਇਹੀ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਵਿਕਰੀ ਬਹੁਤ ਜ਼ਿਆਦਾ ਘਟ ਗਈ ਆ ਕਿਉਂਕਿ ਇਹਨਾਂ ਦਾ ਰੇਟ ਜਿਹੜੇ ਨਾਰਮਲ ਪਟਾਕੇ ਆ ਆਤਿਸ਼ਵਾਦੀਆਂ ਜਾਂ ਫਿਰ ਗੱਠੇ ਜੋ ਵੀ ਹੁੰਦੇ ਉਹਨਾਂ ਤੋਂ ਡਬਲ ਜਾਂ ਫਿਲਟਰ ਪਾਲਿਸ ਕਰਕੇ ਜਿਹੜੇ ਬੰਦੇ ਬਹੁਤ ਜ਼ਿਆਦਾ ਇਹ ਘੱਟ ਖਰੀਦ ਰਏ ਇਸ ਕਰਕੇ ਉਹਨਾਂ ਨੂੰ ਜਿਹੜੀ ਵਿਕਰੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਤੇ ਜਦ ਕਿ ਦੇਖਿਆ ਜਾ ਵੀ ਹੁਣ ਸੀ 40 ਜਿਹੜਾ ਹੋਇਆ ਸੀਗਾ ਉਹਦੇ ਵਿੱਚ ਆਪਣੇ ਮਾਨਯੋਗ ਅਰਵਿੰਦ ਕੇਜਰੀਵਾਨ ਨੂੰ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਜਿਹੜੀ ਮੇਰਾਂ ਦੀ ਮੀਟਿੰਗ ਸੀ ਜਿਹਦੇ ਵਿੱਚ ਤਕਰੀਬਨ ਸਾਰੀਆਂ ਬੜਬੜੀਆਂ ਕੰਟਰੀਆਂ ਪਹੁੰਚੀਆਂ ਸੀ ਤੇ ਉਹਨਾਂ ਦੇ ਮੇਰ ਪਹੁੰਚੇ ਸੀ ਜਿਸ ਕਰਕੇ ਉਹਨਾਂ ਦਾ ਇਹੀ ਮੇਨ ਜਿਹਨਾਂ ਦਾ ਮੁੱਦਾ ਸੀਗਾ ਜਿਹੜਾ ਪ੍ਰਦੂਸ਼ਣ ਹੈ ਕਿਸ ਹਾਵ ਨਾਲ ਘੱਟ ਹੁੰਦਾ ਜੀ ਕਿਉਂਕਿ ਇਹ ਜਿਹੜਾ ਡਾਟਾ ਆਇਆ ਸੀ ਉਹਦੇ ਹਿਸਾਬ ਨਾਲ ਜਿਹੜਾ ਦਿੱਲੀ ਆ ਦਿੱਲੀ ਨੇ ਤਕਰੀਬਨ ਲਾਸਟਲੇ 14 ਸਾਲਾਂ 'ਚ 25% ਆਪਣਾ ਪ੍ਰਦੂਸ਼ਣ ਆ ਜਿਹੜਾ ਪੋਲੂਸ਼ਨ ਹੈਗਾ ਉਹ ਘਟਾ ਕਰ ਲਿਆ ਸੀਗਾ ਤੇ ਹੁਣ ਇਹ ਤੁੰਦ ਹੋਣ ਕਰਕੇ ਜ਼ਿਆਦਾ ਤੇ ਹਵਾ ਨਾ ਚੱਲਣ ਕਰਕੇ ਪ੍ਰਦੂਸ਼ਣ ਫੇਰ ਵੱਧ ਰਿਹਾ ਇਸ ਤੇ ਕਾਬੂ ਕਰਨ ਦੇ ਲਈ ਫੋਲ ਚੜੀਆਂ ਬਿਜਲੀ ਪਟਾਕੇ ਤਕਰੀਬਨ ਸਾਰਾ ਕੁਝ ਸ਼ਾਇਦ ਬੰਦ ਕੀਤਾ ਜਾਵੇ ਬਿਜਲੀ ਪਟਾਕੇ ਕਹਿਣ ਦਾ ਮਤਲਬ ਆ ਕਿ ਜੋ ਵੀ ਆਸ਼ਤਵਾਜੀਆਂ ਵਗੈਰਾ ਹੁੰਦੀਆਂ ਤੇ ਹੁਣ ਸਿਰਫ ਸੱਤ ਦੁਕਾਨਾਂ ਨੇ ਜਿਹੜੀਆਂ ਵੇਚ ਰਹੀਆਂ ਹਨ ਜੀ ਦੋ ਨੰਬਰ ਦੇ ਕਾਫੀ ਵਿਕਰੀ ਹੋਣੀ ਆ ਉਹਦੇ ਬਾਰੇ ਫਿਲਹਾਲ ਆਫੀਸ਼ੀਅਲ ਨਿਊਜ਼ ਵਿੱਚ ਕੁਝ ਖਬਰ ਨਹੀਂ ਆਈ ਜੀ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਜੋ ਕਿ ਮਿਲਾਨ ਦੀ ਮੈਟਰ ਤੋਂ ਜਿੱਥੇ ਕਿ ਸ਼ਰਾਰਤਾਂ ਕਰਨ ਵਾਲੇ ਆਪਣੀ ਸ਼ਰਾਰਤਾਂ ਤੋਂ ਬਾਜ਼ ਨਹੀਂ ਆਦੇ ਕਈ ਵਾਰ ਕਿਸੇ ਦੀ ਸ਼ਰਾਰਤ ਕੀਤੀ ਕਿਸੇ ਨੂੰ ਮਹਿੰਗੀ ਪੈ ਜਾਂਦੀ ਹੈ ਇਦਾਂ ਹੀ ਕੁਝ ਹੋਇਆ ਕਿ ਤਕਰੀਬਨ ਦਿੱਨੇ ਸਵਤੰਤਰਤਾ ਐਮਸੀ ਜਦੋਂ ਮੈਟਰੋ ਵਿੱਚ ਨਾਰਮਲੀ ਰਸ਼ ਪਿਆ ਹੁੰਦਾ ਜੀ ਬੰਦਿਆ ਆ ਆ ਜਾ ਰਹੇ ਸੀ ਕਿਸੇ ਨੇ ਸਪਰੇ ਹੁੰਦੀ ਆ ਅਲਪੇਪੋਰਨ ਚੀਨੋ ਜਿਹਦੇ ਵਿੱਚ ਮਿਰਚਾਂ ਹੁੰਦੀਆਂ ਮਿਰਚਾਂ ਲੱਗਣ ਵਾਲੀ ਸਪਰੇ ਆ ਜਿਆਦਾਤਰ ਅਗਰ ਕੋਈ ਬੰਦਾ ਤੁਹਾਡੇ ਤੇ ਹਮਲਾ ਕਰ ਰਿਹਾ ਉਸ ਟਾਈਮ ਉਹ ਵਾਲੀ ਸਪਰੇ ਜਿਹੜੀਆਂ ਔਰਤਾਂ ਮੁੰਡੇ ਬੰਦਿਆਂ ਦੀਆਂ ਅੱਖਾਂ 'ਚ ਪਾਉਂਦੀਆਂ ਜਾਂ ਉੱਤੇ ਸੜਦੀਆਂ ਜਿਹਦੇ ਨਾਲ ਉਹਨਾਂ ਨੂੰ ਖੁਜਲੀ ਹੋ ਜਾਂਦੀ ਹੈ ਖਾਜ ਹੋਣ ਲੱਗ ਜਾਂਦੀ ਆ ਤੇ ਇਹ ਜਿਹੜੀ ਸਪਰੇ ਪੇਪਰ ਉਨ ਚੀਨ ਵਾਲੀ ਹੁੰਦੀ ਹੈ ਮਿਰਚਾਂ ਵਾਲੀ ਸਪਰੇ ਹੁੰਦੀ ਹੈ ਜੋ ਕਿ ਅਗਰ ਬਾਈ ਚਾਂਸ ਕਿਸੇ ਬੰਦੇ ਨੂੰ ਇਦਾਂ ਦੀ ਸਪਰੇ ਇਦਾਂ ਦੇ ਕਿਸੇ ਦੇ ਵਿੱਚ ਜਿਹੜਾ ਕੋਈ ਕੀਮਿਕਲ ਹੋਵੇ ਤਾਂ ਅਲਰਜੀ ਹੋਵੇ ਤਾਂ ਉਹਨੂੰ ਪ੍ਰੋਬਲਮ ਪੈ ਸਕਦੀ ਹੈ ਜੀ ਇਦਾਂ ਹੀ ਹੋਇਆ तकरीबन ਇੰਨੇ ਬੰਦਿਆਂ ਦੇ ਵਿੱਚ ਉਹਨਾਂ ਕਿਸੇ ਨੇ ਸਪਰੇ ਜਦੋਂ ਸਿੱਟੀ ਤੇ 10 ਬੰਦਿਆਂ ਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਜੀ ਖਰਾਬ ਹੋ ਗਈ ਸੀ ਉਹਨਾਂ ਦੇ ਵਿੱਚ ਇੱਕ ਬੱਚਾ ਵੀ ਸੀ ਤੇ 118 ਨੂੰ ਟੈਲੀਫੋਨ ਕਰਕੇ ਉੱਥੇ 118 ਜਿਹੜੀ ਪ੍ਰੰਤੋ ਸਕੋਰਸ ਵਾਲਿਆਂ ਨੂੰ ਟੈਲੀਫੋਨ ਕੀਤਾ ਗਿਆ ਤੇ ਉੱਥੇ ਮੋਕ ਟਾਈਮ ਤੇ ਪਹੁੰਚੇ ਤੇ ਟਾਈਮ ਤੇ ਉਹਨਾਂ ਨੇ ਦੇਖਿਆ ਕਿ ਫਿਲਹਾਲ ਉਲਟੀਆਂ ਵਗੈਰਾ ਹੀ ਲੱਗੇ ਆਏ ਉਹਨਾਂ ਨੂੰ ਹਸਪਤਾਲ ਨਹੀਂ ਲੈ ਕੇ ਜਾਇਆ ਗਿਆ ਤੇ ਉਹ ਜਿਹੜੇ ਸਿਗੇ ਠੀਕ ਸਿਗੇ ਤੇ ਇੱਕ ਬੱਚਾ ਵੀ ਉਹਨਾਂ ਉਹਨਾਂ ਦੇ ਵਿੱਚ ਸੀਗਾ ਤੇ ਹੁਣ ਜਿਹੜੀ ਸਿਕਿਉਰਿਟੀ ਉਹ ਦੇਖ ਰਹੀ ਆ ਇੱਕ ਸਾਲ ਤੋਂ 56 ਸਾਲ ਤੱਕ ਰੇਡ ਬੱਚੇ ਸੀਗੇ ਉਮਰ ਸੀ ਜਿਹੜੇ ਬੰਦੇ ਦਾ ਸੀਗੇ ਪਰ ਜਿਹੜੀ ਸਿਕਿਉਰਿਟੀ ਹੁਣ ਚੈੱਕ ਕਰਦੀ ਕਿ ਇਹ ਕਿਹੜਾ ਬੰਦਾ ਇਹਨਾਂ ਸਮਝਦਾਰ ਇਨਸਾਨ ਸੀ ਜਾਂ ਬੇਫਕੂਰ ਇਨਸਾਨ ਸੀ ਤੁਸੀਂ ਆਪ ਦੇਖੋ ਕੌਣ ਸੀ ਕਿ ਜਿਸ ਨੇ ਇਹ ਕੰਮ ਕੀਤਾ ਤੇ ਬਾਅਦ ਵਿੱਚ ਹੋ ਸਕਦਾ ਉਸ ਬੰਦੇ ਨੂੰ ਕੋਈ ਮਹੂਲਤਾ ਮਾਲਤਾ ਵੀ ਕਰਨਗੇ ਤੇ ਬਾਕੀ ਜੇ ਜਦੋਂ ਹੁੰਦਾ ਜ ਨਹੀਂ ਹੁੰਦਾ ਇਹਦੇ ਬਾਰੇ ਜਿੱਦਾਂ ਕੁਝ ਅਪਡੇਟ ਆਉਂਦਾ ਸੀ ਤੁਹਾਨੂੰ ਅਪਡੇਟ ਜਰੂਰ ਕਰਾਂਗੇ ਜੀ ਕੈਲੀਫੋਰਨੀਆ ਦੇ ਵਿੱਚ ਅੱਗ ਨੇ ਆਪਣਾ ਪੂਰਾ ਜ਼ੋਰ ਲਾਇਆ ਜੀ ਜਿੱਥੇ ਕਿ ਪੰਪੀਅਰ ਹੀ ਜਿਹੜੇ ਸਕਵਾਡ ਰਹੇ ਹੁੰਦੇ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਜੀ ਜਾਨ ਆਪਣੀ ਲਾਈ ਆ ਜਿਹੜੀ ਅੱਗ ਲੱਗੀ ਉਹਨੂੰ ਅੱਗ ਬੁਝਾਉਣ ਦੇ ਚੱਕਰ ਦੇ ਵਿੱਚ ਤਕਰੀਬਨ 40 ਹਜ਼ਾਰ ਬੰਦੇ ਉੱਥੋਂ ਸਹੀ ਸਲਾਮਤ ਈਵੋ ਕੁਆਰੇ ਕਰ ਲਏ ਗਏ ਉਹ ਕਹਿੰਦੇ ਹੁੰਦਾ ਉਹਨਾਂ ਨੇ ਇੱਕ ਹਿਫਾਜ਼ਤ ਜਗ੍ਹਾ ਉੱਤੇ ਪਹੁੰਚਾ ਦੇ ਪਹੁੰਚਾ ਦਿੱਤਾ ਕਿਉਂਕਿ ਉੱਥੇ ਅੱਗ ਬਹੁਤ ਲੱਗ ਰਹੀ ਸੀ ਤੇ ਜਿਹੜੀ ਅੱਗ ਬੈਸਟ ਕੋਸਟ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਤੇ ਪੰਪੀਅਰ ਹੀ ਜਿਹੜੇ ਫਾਇਰ ਬ੍ਰਿਗੇਡ ਆ ਉਹਨਾਂ ਦਾ ਇਹੀ ਡਰਾ ਕਿ ਇਹਨੂੰ ਜਿੰਨੀ ਛੇਤੀ ਹੋ ਸਕੇ ਕਟਾ ਦਿੱਤਾ ਜਾਵੇ 부ਝਾ ਦਿੱਤਾ ਜਾਵੇ ਕਿਉਂਕਿ ਜਿਹੜੀ ਸਿਚੁਏਸ਼ਨ ਖਰਾਬ ਹੋ ਸਕਦੀ ਆ ਨੈਲਫੀ ਨੇ ਛੇਤੀ ਮਨਾ ਸ਼ੁੱਕਰਵਾਰ ਸ਼ਨੀਵਾਰ ਸ਼ਨੀ ਐਤਵਾਰ ਦੇ ਵਿੱਚ ਖਰਾਬ ਹੋ ਸਕਦੀ ਕਿਉਂਕਿ ਜਿਹੜੀ ਹਵਾਵਾਂ ਦਾ ਹਵਾ ਜਿਹੜੀਆਂ ਬਹੁਤ ਹਵਾਤੀ ਚੱਲਦੀ ਹੈ ਇਸ ਕਰਕੇ ਜਦੋਂ ਅੱਗ ਲੱਗੀ ਹੁੰਦੀ ਹਵਾ ਤੇਜ਼ ਚੱਲਦੀ ਹੋਏ ਤਾਂ ਅੱਗ ਜਿਹੜੀ ਉਹਦੀ ਸ਼ਕਤ ਦੀ ਉਹਦੀ ਪਾਵਰ ਡਬਲ ਹੋ ਜਾਂਦੀ ਹੈ ਤਕਰੀਬਨ ਕੱਲ 180 ਘਰਾਂ ਦੀ ਜਿਹੜੀ ਬਿਜਲੀ ਆ ਉਹ ਕੱਟ ਲਈ ਗਈ ਸੀ ਜੀ 180 1000 180000 ਜੇ ਦੇਖਿਆ ਜਾਵੇ ਚਿੰਤੋਤਨ ਤਾਮੀਲਾ 180000 ਦੀ ਜਿਹੜੀ ਆ ਬਿਜਲੀ ਉਹ ਫਿਲਹਾਲ ਕੱਟ ਲਈ ਗਈ ਸੀ ਪੈਸੀਫਿਕ ਗੈਸ ਐਂਡ ਇਲੈਕਟ੍ਰੋਨਿਕ ਨੇ ਕੱਟ ਲਈ ਦਿੱਤੀ ਸੀ ਰੋਕ ਲਈ ਹੀ ਕਿਉਂਕਿ ਅੱਗ ਜਿਆਦਾ ਲੱਗੀ ਸੀ ਕੁਇਨ ਦੀ ਸੀ 15 ਕੁੰਟੀਆਂ ਦੇ ਵਿੱਚ ਤਕਰੀਬਨ ਜੇ ਦੇਖਿਆ ਜਾਵੇ ਲੋਹmber ਦੀ ਕਰਮੂਨ ਐਸ ਹਾਮਨ ਦੇਖਿਆ ਜਾ ਤਾਂ 15 ਉਹਨਾਂ ਦੇ ਜਿਹੜੇ ਸਟੇਟਾਂ ਇਸ ਹਾਮਨ ਰੱਖ ਲੋਗੇ ਉਹਦੀਆਂ 15 ਸੀਟਾਂ ਦੇ ਵਿੱਚ ਉਹਨਾਂ ਨੇ ਉਹ ਆਪਣਾ ਜਿਹੜੀ ਬਿਜਲੀ ਰੋਕ ਦਿੱਤੀ ਜੋ ਕਿ ਰਾਤ ਨੂੰ 93% ਉਹਨਾਂ ਦੁਆਰਾ ਦੇ ਦਿੱਤੇ ਹੀ ਇਹ ਸਾਰਾ ਇਹ ਸੇ ਕਰਕੇ ਹੋਇਆ ਸੀ ਕਿ ਅੱਗ ਦੇ ਨਾਲ ਕੋਈ ਜ਼ਿਆਦਾ ਨੁਕਸਾਨ ਨਾ ਹੋ ਸਕੇ ਜੀਗਾ ਤੇ ਚਲਦੇ ਆ ਆਪਣੀ ਅਗਲੀ ਖਬਰ ਵੱਲ ਜੀ ਬ੍ਰੈਕਸਿਟ ਨੂੰ ਲੈ ਕੇ ਇੰਗਲੈਂਡ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚਰਚਾ ਚੱਲ ਰਹੀਆਂ ਸੀ 31 ਅਕਤੂਬਰ ਨੂੰ ਨਿਕਲਣਾ ਜੀ ਨਿਕਲਣਾ ਦੁਨੀਆ ਇੱਧਰ ਹੋ ਜਾਏ ਉੱਧਰ ਹੋ ਜਾਏ ਅਸਮਾਨ ਫਟ ਜਾਏ ਜ਼ਮੀਨ ਵਗੈਰਾ ਵਗੈਰਾ ਦੰਨੀ ਗੱਲ ਪਰ ਜੋ ਬ੍ਰੈਕਸਿਟ ਹੈ ਫਿਲਹਾਲ ਜੀ ਬੌਰੀ ਜੌਨਸਨ ਨੇ ਆਪਣਾ ਪੂਰਾ ਜੋਰ ਲਾਇਆ ਕਿ ਅਸੀਂ ਨਿਕਲਣਾ ਪਰ ਪਾਰਲੀਮੈਂਟ ਨੇ ਪਹਿਲੀ ਵਾਰ ਸਾਨੂੰ ਹਾਂ ਕਰਤੀ ਹਾਂ ਜੀ ਵੀ ਅਸੀਂ ਨਿਕਲਾਂਗੇ ਦੂਜੀ ਵਾਰ ਨਾ ਕਰਤੀ ਤੇ ਹੁਣ ਫਿਲਹਾਲ ਜੀ ਤਕਰੀਬਨ 2025 2030 ਤੱਕ ਇਹ ਪ੍ਰੋਰਗਾ ਜਾਣ ਦੀ ਉਮੀਦ ਹੈ ਅੱਜ ਤਕਰੀਬਨ 27 ਅੰਬੈਸਡਰਾਂ ਦੇ ਨਾਲ ਜਿਹੜਾ ਮਾਈਕਲ ਬਰਨੀਅਰ ਅ ਜ ਮਾਈਕਲ ਬਰਨੀਅਰ ਉਹਨਾਂ ਦੀ ਮੀਟਿੰਗ ਸਗੀ ਤੇ ਆਪਣਾ ਜਿਹੜਾ ਉਹ ਹੈ ਕੀ ਹੈ ਜੀ ਕਾਪੂ ਨੇਗੋਸ਼ੀਆ ਤੋੜੇ ਦਿੱਲਾ ਉਹ ਜਿਹੜਾ ਇਹਨਾਂ ਦੇ ਵਿੱਚ ਸਾਰਾ ਇਹਨਾਂ ਦੀ ਗੱਲਬਾਤ ਕਰਤਾ ਨੇਗੋਸ਼ੀਆ ਤੋੜੇ ਹੁੰਦਾ ਜਿਹੜਾ ਵਪਾਰੀ ਹੁੰਦਾ ਇੱਕ ਸਮ ਵਪਾਰੀ ਰੱਖ ਲੈਣੇ ਸੀ ਤੇ ਫਿਲਹਾਲ ਜੀ ਹਜੇ ਕੋਈ ਡਿਸੀਜਨ ਨਹੀਂ ਲਿਆ ਗਿਆ ਵੀ ਅਸੀਂ ਨਿਕਲਣਾ ਜਾਂ ਨਹੀਂ ਨਿਕਲਣਾ ਨੋ ਡੀਲ ਨਾਲ ਨਿਕਲਣਾ ਕੁਝੇ ਡੀਲਾਂ ਨਿਕਲਣਾ ਜਾਂ ਨੋ ਡੀਲਾਂ ਨਿਕਲਣਾ ਜਿੱਦਾਂ ਵੀ ਨਿਕਲਣਾ ਫਿਲਹਾਲ ਇਹ ਗੱਲ ਚੱਲ ਰਹੀ ਆ ਵੀ ਹਾਂਜੀ ਇਹ ਵੀ ਨਹੀਂ ਪਤਾ ਕਿ ਅਸੀਂ ਪਰੌਰਗਾ ਲੈਣਾ ਕਿ 31 ਨੂੰ ਨਿਕਲਣਾ ਕਿ ਨਹੀਂ ਨਿਕਲਣਾ ਕਿਉਂਕਿ ਫਿਲਹਾਲ ਜੀ ਇਹ ਸਾਰੀਆਂ ਚੀਜ਼ਾਂ ਹੁਣ ਅਸੀਂ ਇਹਨੂੰ ਕੁਝ ਕਹਿ ਨਹੀਂ ਸਕਦੇ ਕਿ ਕਿਸ ਕਾਰਨ ਲਈ ਹੋ ਰਹੀਆਂ ਤੇ ਫਿਲਹਾਲ ਜੋ ਅਪਡੇਟ ਆਏ ਨੇ ਹੋ ਇਹੀ ਨੇ ਜੀ ਫਿਲਹਾਲ ਕੁਝ ਕਹਿਣਾ ਵੀ ਮੁਸ਼ਕਲ ਹੈ ਕਿ ਇੰਗਲੈਂਡ ਨਿਕਲੂਗੀ ਕਿ ਨਹੀਂ ਨਿਕਲੂਗੀ ਜਿੱਦਾਂ ਕਿ ਇੱਕ ਹਫ਼ਤੇ ਪਹਿਲਾਂ ਇੱਕ ਮਹੀਨੇ ਪਹਿਲਾਂ ਤੁਸੀਂ ਕਹਿੰਦੇ ਤਾਂ ਪੱਕਾ ਸੀ ਕਿ 31 ਤਰੀਕ ਨੂੰ ਨਿਕਲ ਜਾਣਾ ਪਰ ਫਿਲਹਾਲ ਇਹ ਹੁਣ ਇੱਕ ਸਵਾਲ ਬਣ ਕੇ ਰਹਿ ਗਿਆ ਕਿ ਕੀ ਇੰਗਲੈਂਡ ਸੱਚੀ ਨਿਕਲਣਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਕਿਉਂਕਿ ਉੱਥੇ ਹੁਣ ਉੱਥੇ ਜਿਹੜੇ ਬੰਦੇ ਨੇ ਉਹ ਵੀ ਸੜਕਾਂ ਤੇ ਉਤਰ ਆਏ ਨੇ ਉਹਨਾਂ ਨੇ ਜਦੋਂ ਪਤਾ ਅਸਲ 'ਚ ਲੱਗਾ ਵੀ ਕਿੰਨੇ ਕਿੰਨੇ ਆਰਵਾ ਖਰਵਾ ਇਹਨਾਂ ਨੇ ਕਾਰਜੇ ਥੱਲੇ ਆ ਜਾਣਾ ਬਾਕੀ ਹੁਣ ਦੇਖਦੇ ਆਂ ਜੀ ਉੱਥੇ ਇਲੈਕਸ਼ਨ ਦੁਆਰਾ ਹੁੰਦੇ ਨੇ ਜਾਂ ਕੀ ਹੁੰਦਾ ਜਿੱਦਾਂ ਸਾਨੂੰ ਕੋਈ ਅਪਡੇਟ ਮਿਲਦਾ ਸੀ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਇਹਦੇ ਬਾਰੇ ਵੀ ਅਗਲੀ ਖਬਰ ਜੀ ਲੈਣੋ ਤੋਂ ਕਸਤ ਲੈ ਤੋਂ ਦੀ ਲੈਣੋ ਜਿੱਥੇ ਇੱਕ ਕਾਜ਼ੀ ਫੀਚਰ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਦਾ ਫਿਲਹਾਲ ਜਿਹੜਾ ਕਾਰਨ ਹੀ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਟਿਊਬ ਸੀਗੇ ਟਿਊਬਾਂ ਜਿਹੜੇ ਗੈਸ ਵਾਲੇ ਪਾਈਪ ਸੀ ਉਹਨਾਂ ਦੇ ਗੈਸ ਵਾਲੇ ਪਾਈਪਾਂ ਦੇ ਵਿੱਚ ਕੁਝ ਲੀਕੇਜ ਹੋ ਗਈ ਜਿਹਦੇ ਕਰਕੇ ਇੱਕ ਤੋਂ ਮਾਕਾ ਇੱਕ ਬਿਸਫੋਰਟ ਹੋਇਆ ਤੇ ਜਿਸ ਕਰਕੇ ਇਹ ਸਾਰਾ ਕੰਮ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਜੀ ਤਕਰੀਬਨ ਜੇ ਦੇਖਿਆ ਜਾਏ ਤਾਂ ਸਿਰਫ ਦੋ ਬੰਦੇ ਸੀ ਜਿਨ੍ਹਾਂ ਦੇ ਹਸਪੀਟਲ ਲੈ ਗਏ ਕੋਹ ਦੀ ਚੇ ਜਾਲੂ ਦੇ ਨਾਲ ਲੈ ਗਏ ਤੇ ਪੰਜਾਂ ਨੂੰ ਕੋਹ ਦੀ ਚੇ ਨਾਰਮਲ ਜਿੱਦਾਂ ਵੇਰ ਦੇ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਿਹੜੀਆਂ ਸੱਟਾਂ ਜਿਆਦਾ ਗਹਿਰੀਆਂ ਨਹੀਂ ਰੱਖੀਆਂ ਸੀ ਪਰ ਉਹਨਾਂ ਨੂੰ ਸਾਲਾਂ ਵਿੱਚ ਪ੍ਰੋਬਲਮ ਹੋ ਰਹੀ ਸੀ ਪਰ ਸਭ ਤੋਂ ਜ਼ਿਆਦਾ ਕ੍ਰਿਟੀਕਲ ਕੇਸ ਇੱਕ ਬੰਦੇ ਦਾ ਜਿਸ ਨੂੰ ਜਿਸ ਦੇ ਮੂੰਹ ਨੂੰ ਅੱਗ ਲੱਗ ਗਈ ਸੀ ਸ਼ਾਇਦ ਉਹ ਉਸ ਧਮਾਕੇ ਦੇ ਨੇੜੇ ਸੀ ਤਕਰੀਬਨ ਜਿਹੜੇ 19 ਇੱਕ ਦੀ 11 ਹਾਂਜੀ ਤਕਰੀਬਨ ਉੰਦੀ ਚ ਉੰਦੀ ਚ ਨੂੰ ਮੈਨੂੰ ਬਲੇ ਖੜਾ ਪਿਆ ਰਿਹਾ ਸੀ ਤਕਰੀਬਨ 11 ਸਕਵਾਡ ਜਿਹੜੀਆਂ ਟੀਮਾਂ ਸੀ ਵਿਜਲੀਦਲ ਫੋਕੋ ਫਾਇਰ ਬ੍ਰਿਗੇਡ ਦੇੰ ਬਰੋਲਨ ਉਹ ਵਾਦੀ ਹੋ ਗਈਆਂ ਲੇਨੂ ਦੀਆਂ ਹੋ ਗਈਆਂ ਨੇੜੇ ਤੇੜੇ ਮਨਹਿਰ ਵੀ ਦੀਆਂ ਨੇੜੇ ਤੇੜੇ ਜਿਹੜੀਆਂ ਸੀਗੀਆਂ ਇਹ ਉਹਨੂੰ ਅੱਗ ਨੂੰ ਜਿਹੜੀਆਂ ਬੁਝਾਉਣ ਦੇ ਵਿੱਚ ਇਹ ਲੱਗੀਆਂ ਹੋਈਆਂ ਸੀ ਤੇ ਜੋ ਐਸਟੀਮੇਟ ਲੱਗਾ ਜੀ ਇਹ ਇਹ ਜਿਹੜੀ ਫੈਕਟਰੀ ਜਿਹਦੇ ਵਿੱਚ ਅੱਗ ਲੱਗੀ ਇਹ ਬਣਾਉਂਦੀ ਸੀ ਜੀ ਗਰਾਂ ਨਾ ਪਤਾਨੋ ਵਾਲੇ ਦੀ ਜਿਹੜੀ ਗੋਲ ਗੋਰ ਫਰਮਾ ਚ ਹੁੰਦੇ ਸੀ ਤਕਰੀਬਨ ਸਾਲ ਦੇ ਵਿੱਚ ਇਹ 70 70 ਮੀਲਾ 70000 ਫੋਰਮੇ ਬਣਾਦੀ ਸੀ ਇੱਕ ਸਾਲ ਦੇ ਵਿੱਚ 70000 ਜਿਹੜੇ ਉਹ ਗੋਲ-ਗੋਲ ਫਰਮਾਂਜੋ ਦੇ ਹੁੰਦੇ ਆ ਉਹ ਬਣਾਦੀ ਹੁੰਦੀ ਸੀਗੀ ਤੇ ਤਕਰੀਬਨ ਇਹ ਆਈਡੀਆ ਐਸਟੀਮੇਟੇ ਲੱਗ ਰਿਹਾ ਜੀ ਤਕਰੀਬਨ 30000 ਫੋਰਮੇ ਜਿਹੜੇ ਤਕਰੀਬਨ ਤਕਰੀਬਨ ਅੱਧਾ ਇਹਨਾਂ ਦਾ ਜਿਹੜਾ ਪ੍ਰੋਡਕਸ਼ਨ ਸੀ ਸਾਰਾ ਇਹ ਹਵਾ ਚੜ ਗਿਆ ਜੀ ਅੱਗ ਨਾ ਭਸਮ ਹੋ ਗਿਆ ਉਹਨੂੰ ਅੱਗ ਲੱਗੀ ਹੈ ਤੇ ਜਿਹੜਾ ਐਸਟੀਮੇਟ ਲੱਗ ਰਿਹਾ ਫਿਲਹਾਲ ਇਸ ਟਾਈਮ ਤਕਰੀਬਨ ਇਹਨਾਂ ਨੂੰ 9 ਮਿਲੀਅਨ ਯੂਰੋ ਦਾ ਉਸ ਫੈਕਟਰੀ ਨੂੰ ਨੁਕਸਾਨ ਹੋਇਆ 9 ਮਿਲੀਅਨ ਕਹਿਣ ਦਾ ਭਾਅ ਹੈ ਜੀ 90 ਲੱਖ ਯੂਰੋ ਦਾ ਨੁਕਸਾਨ ਫੈਕਟਰੀ ਨੂੰ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਬੰਦਾ ਜਿਹੜਾ ਜਿਹਦਾ ਮੂੰਹ ਜਿਹਦਾ ਮੂੰਹ ਜਲ ਗਿਆ ਜੀ ਤੇ ਬਾਕੀ ਹੋਰ ਪੰਜਾਂ ਸੱਤਾਂ ਪੰਜ ਸੱਤ ਬੰਦੇ ਜ਼ਖਮੀ ਹੋਏ ਜੀ ਬਾਕੀ ਹੋਰ ਜਦੋਂ ਸਾਨੂੰ ਇਸ ਬਾਰੇ ਕੋਈ ਜ਼ਿਆਦਾ ਡਿਟੇਲ ਵਿੱਚ ਕੋਈ ਖਬਰ ਮਿਲਦੀ ਹੈ ਅਪਡੇਟ ਮਿਲਦਾ ਅਸੀਂ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ ਜੀ ਕਿ ਐਗਜ਼ੈਕਟ ਨੁਕਸਾਨ ਕਿਦਾਂ ਦਾ ਹੋਇਆ ਤੇ ਫਿਲਹਾਲ ਵੀਡੀਓ ਵੀ ਕਾਫੀ ਸੀ ਪਰ ਮੈਂ ਇਸ ਟਾਈਮ ਵੀਡੀਓ ਨਹੀਂ ਪਾ ਰਹੇ ਆ ਤੇ ਤੁਸੀਂ ਆਵਾਜ਼ ਵੀ ਸੁਣੀ ਨਹੀਂ ਇੱਕ ਵੀਡੀਓ ਪਲੇ ਕਰਨ ਦੀ ਕੋਸ਼ਿਸ਼ ਕੀਤੀ ਫਿਲਹਾਲ ਅਸੀਂ ਆਪਣੇ ਅਗਲੇ ਭਾਗ ਵੱਲ ਚੱਲਦੇ ਆਂ ਅਗਲੀ ਖਬਰ ਵੱਲ ਚੱਲਦੇ ਆਂ ਹਾਂਜੀ ਇਟਲੀ ਦੀ ਖਬਰ ਵੱਲ ਚਲਦੇ ਹਾਂ ਦੂਜੀ ਜੋ ਕਿ ਪਚਾਲਾ ਹੈ ਇਟਲੀ ਦੇ ਵਿੱਚ ਜੋ ਕਿ ਇਹਨਾਂ ਤਕੜਾ ਪੁਜਾਰ ਨਹੀਂ ਸੀ तकरीबन 3.3 ਮਾਨੀਤੂ ਦਾ ਹੀ ਜੋ ਕਿ ਅ ਅੱਜ 25 ਤਰੀਕ ਨੂੰ ਸਾਢੇ 12 ਵਜੇ ਦਾ ਟਾਈਮ ਸੀ ਦੇ ਦੇ ਵਿੱਚ ਆ ਫਿਲਹਾਲ ਇਸ ਵੇਨ ਦੇ ਦੇ ਵਿੱਚ ਜਿਹੜਾ ਆਇਆ ਸੀ ਇਹਨੇ ਕੋਈ ਖਾਸ ਨੁਕਸਾਨ ਨਹੀਂ ਕੀਤਾ ਜਾਂ ਫਿਰ ਫਿਲਹਾਲ ਜੋ ਨੁਕਸਾਨ ਅਗਰ ਹੋਇਆ ਤਾਂ ਉਹਦਾ ਕੋਈ ਸਾਨੂੰ ਆਫੀਸ਼ੀਅਲ ਅਪਡੇਟ ਨਹੀਂ ਆਇਆ ਜੀ ਹਾਂਜੀ ਬੰਦਿਆਂ ਦੇ ਵਿੱਚ ਭੰਜ ਤੌਣ ਜਰੂਰ ਮੱਚ ਗਏ ਜੀ ਹਾਲ ਹਲਚਲ ਜਰੂਰ ਹੋ ਗਈ ਹੈ ਬੰਦੇ ਸੜਕਾਂ ਤੇ ਜਰੂਰ ਆ ਗਏ ਸੀ ਡਰ ਦੇ ਮਾਰੇ ਤੇ ਇਹ ਤਕਰੀਬਨ ਅੱਜ ਜੇ ਦੇਖਿਆ ਜਾਵੇ 25 ਅਕਤੂਬਰ ਦੇ ਵਿੱਚ ਵਿੱਚ ਇਹ ਜਿਹੜਾ ਮਹਾਸાગਰ ਅਧਰਿਆਤਿਕ ਉਹ ਉਹਦੇ ਵਿੱਚ ਆਇਆ ਸੀ ਅੱਜ ਦੇ ਹੱਦ ਦੇ ਵਿੱਚ ਇਹ ਤੀਜਾ ਪਹਚਾਲ ਸੀ ਉਸ ਤੋਂ ਪਹਿਲਾਂ ਇੱਕ ਪਹਿਲਾ ਪਹਚਾਲ ਆਇਆ ਸੀਗਾ ਜੋ ਕਿ ਕਮਾਈਓਰੇ ਦੇ ਵਿੱਚ ਆਇਆ ਸੀ ਤਕਰੀਬਨ 2.5 ਮਨੀਟੂ ਦਾ ਉਸ ਤੋਂ ਬਾਅਦ ਇੱਕ ਹੋਰ ਭਚਾਲ ਸੀਗਾ ਜਿਹੜਾ ਸੀਗਾ ਕੋਜ਼ੈਂਸਾ ਦੇ ਵਿੱਚ 4.4 ਮਨੀਟੂ ਦਾ ਜੋ ਕਿ ਤਕਰੀਬਨ ਸਾਰਾ ਕਲਾਬਰੀਆ ਦੇ ਵਿੱਚ ਤੇ ਚੀਲੈਂਟੋ ਤੱਕ ਉਹਦੇ ਜਿਹੜੇ ਝਟਕੇ ਸਕੋਸੇ ਸੁਣੇ ਗਏ ਸੀ ਜੀ ਲੋਕਾਂ ਨੂੰ ਫੀਲ ਹੋਏ ਸੀ ਇਟਲੀ ਦੇ ਵਿੱਚ ਤਿੰਨ ਭਚਾਲ ਆਏ ਸੀ ਦੋ ਤਕਰੀਬਨ ਛੋਟੇ ਸੀ ਇੱਕ ਕੋਜ਼ੈਂਸਾ ਨਾਲ ਥੋੜਾ ਜਿਹਾ ਜ਼ਿਆਦਾ ਜ਼ਿਆਦਾ ਸੀਗਾ ਜੀ ਚੱਲਦੇ ਜੀ ਆਪਣੀ ਲਾਸਟ ਕਵਰ ਲਾਸਟ ਕਵਰ ਨਹੀਂ ਇਸ ਨੂੰ ਅਸੀਂ ਕੀ ਕਹਿ ਸਕਦੇ ਆ ਇੱਕ ਸੁਜਾ ਸੁਜੈਸ਼ਨ ਦੀ ਤਰ੍ਹਾਂ ਵੀ ਅਸੀਂ ਲੈ ਸਕਦੇ ਕਿਉਂਕਿ ਮੈਂ ਆਪਣੀਆਂ ਕਮੈਂਟਾਂ ਅੱਜ ਦੇਖ ਰਿਹਾ ਸੀ ਲਾਸਟਲੀ ਜਿਹੜੀਆਂ ਕਮੈਂਟਾਂ ਸੀ ਉਹਨਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਜੋ ਕਿ ਬੰਦੇ ਕਹਿ ਰਹੇ ਸੀ ਉਹਨਾਂ ਦੇ ਮਹੀਨੇ ਦੇ ਮੇਰੇ ਸਾਨਾ ਕਿਸੇ 17 ਰੁਪਏ ਕੱਟ ਹੋ ਰਹੇ ਨੇ ਕਿਸੇ ਦੇ ਹਰ ਮਹੀਨੇ 8 ਰੁਪਏ 10 ਰੁਪਏ ਸਾਨਾ ਕੱਟਦੇ ਨੇ ਪਰ ਅਸੀਂ ਅਗਰ ਇਸ ਗੱਲ ਨੂੰ ਨੋਟ ਕੀਤਾ ਜਾਵੇ ਤਾਂ 5 ਰੁਪਏ 10 ਰੁਪਏ ਸਾਨੂੰ ਲੱਗਦਾ ਪਰ 17 18000 ਜਿਹੜੇ 17 18 ਰੁਪਏ ਮਹੀਨੇ ਦੇ ਬਹੁਤ ਜ਼ਿਆਦਾ ਹੁੰਦੇ ਆ ਜੀ ਤੇ ਅਗਰ ਤੁਸੀਂ 17 17 ਨੂੰ ਇਹ ਆਈਡੀਆ ਲਾ ਕੇ ਦੇਖੋ ਤਾਂ 17 ਦੇ ਹਿਸਾਬ ਨਾਲ ਸਾਲ ਦਾ ਤੁਸੀਂ ਦੇਖੋਗੇ 200 ਰੁਪਏ ਕੱਟ ਹੋ ਜਾਂਦਾ ਜੀ ਮੈਂ ਤੁਹਾਨੂੰ ਇੱਕ ਐਦਾਂ ਦਾ ਸਿਚੁਏਸ਼ਨ ਐਦਾਂ ਦਾ ਤਰੀਕਾ ਦੱਸ ਦਮ ਜਿੰਨਾ ਤੁਹਾਡ ਸੀ ਮੇਰੇ ਸਾਣਾ 10 ਤੋਂ 15 ਰੁਪਏ ਦੇ ਵਿੱਚ ਆਪਣਾ ਸਾਰਾ ਕੰਮ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਇਹਦੇ ਵਿੱਚ ਸਾਰੇ ਬਦਿਆ ਲੱਗੂਗਾ ਜੀ ਦੇਖੋ ਜੀ ਮੇਨ ਗੱਲ ਇਹ ਹੈ ਕਿ ਜਦੋਂ ਬੈਂਕਾਂ 'ਪ ਸਭ ਤੋਂ ਪਹਿਲਾਂ ਦੱਸਦੇ ਆ ਜੀ ਬੈਂਕ ਬਾਰੇ ਮੈਂ ਇੱਕ ਕੱਲ ਨੂੰ ਸੋਚਦਾ ਕੱਲ੍ਹ ਨਹੀਂ ਪਰਸੋਂ ਨੂੰ ਐਤਵਾਰ ਨੂੰ ਇੱਕ ਵੀਡੀਓ ਬਣਾਣਾ ਜਿੱਤੇ ਬੈਂਕ ਦੀਆਂ ਡਿਟੇਲਾਂ ਤੁਹਾਨੂੰ ਦੱਸਦਾ ਬੈਂਕ ਅਕਾਊਂਟ ਕਿਹਨੂੰ ਬਣਾਉਣਾ ਚਾਹੀਦਾ ਤੇ ਕਿਹੜੇ-ਕਿਹੜੇ ਖਰਚੇ ਤੇ ਕੀ-ਕੀ ਉਹਦਾ ਹਿਸਾਬ ਦਾ ਹੁੰਦਾ ਜੀ ਉਹਦੇ ਵਿੱਚ ਤੇ ਜੋ ਸੋਲੂਸ਼ਨ ਆ ਜੀ ਜੇ ਤੁਸੀਂ ਆਪਣੀ ਬੈਂਕ ਦੇ ਵਿੱਚ ਮੈਂ ਇਹ ਸਵਾਲ ਜ਼ਰੂਰ ਪੁੱਛਿਆ ਸੀ ਆਪਣੇ ਬਾਈ ਜੀ ਨੂੰ ਇੱਕ ਨੂੰ ਕਿ ਜੇ ਤੁਸੀਂ ਬੈਂਕ ਦੇ ਵਿੱਚ ਸਿਰਫ ਚੈੱਕ ਜਮਾ ਨਹੀਂ ਕਰਾਉਂਦੇ ਬੁਨੀਫੀਕੋ ਕਰਦੇ ਆ ਵਗੈਰਾ ਵਗੈਰਾ ਤਾਂ ਫਿਰ ਤੁਹਾਨੂੰ ਆ ਜੋ ਫੋਟੋ ਵਿੱਚ ਦਿਖ ਰਿਹਾ ਹੈ ਨਾ ਪੋਸਟ ਪੇ ਇਵੋਲੂਸ਼ਨ ਇਹ ਲਓ ਇਹਦੇ ਉੱਤੇ ਆ ਥੱਲੇ ਤੁਸੀਂ ਦੇਖ ਲਓ ਥੱਲੇ ਦੇ ਵਿੱਚ ਆਈਵਨ ਵੀ ਹੁੰਦੀ ਹੈ 1 2 3 4 5 6 ਜੋ ਵੀ ਹੋਵੇ ਤੁਹਾਡੀ ਇਹਦੇ ਵਿੱਚ ਬੁਨੀਫੀਕੋ ਵੀ ਹੋ ਜਾਂਦੀ ਹੈ ਤੁਸੀਂ ਇੱਥੋਂ ਬੁਨੀਫੀਕੋ ਵੀ ਕਰ ਸਕਦੇ ਆ ਇਹਦਾ ਸਾਲ ਦਾ ਖਰਚਾ ਮੇਰੇ ਸਾਹ ਨਾਲ 10 ਰੁਪਏ ਹੁੰਦਾ 5 ਰੁਪਏ ਦੇ ਲੱਗਦੇ ਪਹਿਲੀ ਵਾਰ ਐਕਟੀਵੇਸ਼ਨ ਹੁੰਦੇ ਤਕਰੀਬਨ ਉਤਪਰ 10 ਰੁਪਏ ਖਰਚਾ ਹੁੰਦਾ ਆਈਡੀ ਦੇ ਨਾਲ 10 ਤੋਂ 12 ਹੋ ਸਕਦਾ ਸਾਲ 'ਚ ਤੁਹਾਨੂੰ 10 ਤੋਂ 12 ਰੁਪਏ ਲੱਗਣਾ ਤੇ ਇਹਦੇ ਵੀ ਲਿਮਟ ਹੁੰਦੀ ਆ 20000 ਤੋਂ 30000 ਰੁਪਏ ਤੱਕ ਤੁਸੀਂ ਇਹਦੇ ਵਿੱਚ ਲਿਮਟ ਲੈ ਸਕਦੇ ਆ ਪੋਸਟ ਵੀ ਈਵੋਲੂਸ਼ਨ ਨਾ ਆ ਪੋਸਟ ਆਫਿਸ ਤੋਂ ਨਾਰਮਲ ਬਣ ਜਾਂਦਾ ਜੇ ਤੁਸੀਂ ਬੈਂਕ ਅਕਾਊਂਟ ਸਿਰਫ ਆਪਣੇ ਮਕਾਨ ਮਾਲਕ ਦੀ ਕਿਸੇ ਦਾ ਦੇਣ ਲਈ ਵਰਤਦੇ ਆ ਜਾ ਤੁਹਾਨੂੰ ਪੈਸੇ ਆਉਂਦੇ ਆ ਜਾਂ ਪੈਸੇ ਜਾਂਦੇ ਆ ਜੇ ਤੁਸੀਂ ਆਪਣੇ ਅਕਾਊਂਟ ਨਾਲ ਹੀ ਆ ਮਾਰਕੀਟਾਂ ਚੋਂ ਸਮਾਨ ਲੈਣੇ ਆ ਜਾਂ ਤੁਸੀਂ ਆਪਣੇ ਬਿੱਲ ਤਾਰਦੇ ਆ ਤੁਸੀਂ ਚੈੱਕ ਜਮਾ ਨਹੀਂ ਕਰਾਉਂਦੇ ਸਿਰਫ ਚੈੱਕ ਨਹੀਂ ਜਮਾ ਕਰਾਉਂਦੇ ਉਸ ਕੇਸ ਦੇ ਵਿੱਚ ਤੁਹਾਨੂੰ 10 ਰੁਪਏ ਦਾ ਕਾਰਡ ਪਹਿਣਾ 1 ਸਾਲ ਚ 10 ਇਹ ਤੁਹਾਡੇ ਲਈ ਬੈਸਟ ਬੈਨੀਫਿਟ ਆ ਆਪਣੇ ਜਿਹੜੇ ਬੈਂਕਾਂ ਦੇ ਅਕਾਊਂਟ ਆ ਬੰਦ ਕਰਾਓ ਤੁਹਾਡੇ ਜਿੱਦਾਂ ਮੇਰੇ ਜਿਹੜੇ ਅਕਾਊਂਟ ਆ ਪਰਸਨਲ ਜਿੰਨੇ ਵੀ ਸਾਡੇ ਅਕਾਊਂਟ ਚੱਲਦੇ ਆ ਇਹੋ ਮੇਰੇ ਸਾਹਨਾ ਮੈਨੂੰ ਉਹ ਕਹਿੰਦੇ ਵੀ ਕੁਲਵੀਰ ਸਿੰਘ ਤੇਰੇ 5 ਰੁਪਏ ਮਹੀਨੇ ਦੇ ਕੱਟਣੇ ਆ ਮੇਰੇ 5 ਰੁਪਏ ਮੈਨੂੰ ਕੱਢਦੇ ਆ ਤੇ 5 ਵਾਪਸ ਦੇ ਦਿੰਦੇ ਆ ਕਹਿੰਦਾ ਮਤਲਬ ਮੈਨੂੰ ਜਿਹੜਾ ਬੈਂਕ ਦਾ ਅਕਾਊਂਟ ਆ ਮੈਨੂੰ ਫ੍ਰੀ ਚ ਪੈਂਦਾ ਕਰੇਦਮ ਚ ਵੀ ਦਈ ਹੀ ਯੂਨੀ ਗਰੇਟਰ ਤੇ ਵਿੱਚ ਵੀ ਦਈ ਪਰ ਗੱਲ ਕਰਨੀ ਉਥੇ ਬੈਂਕ 'ਚ ਜਾ ਕੇ ਪੈਂਦੀ ਆ ਆ ਬਾਕੀ ਮੈਂ ਤੁਹਾਨੂੰ ਇਹ ਦੱਸ ਜੀ ਤੁਸੀਂ ਇਹ ਦੇਖੋ ਕਿ ਬੈਂਕਾਂ ਕਿਹੜੀਆਂ ਵਧੀਆਂ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਵੀਡੀਓਜ਼ ਦੱਸੂਗਾ ਕਿਉਂਕਿ ਮੇਰਾ ਕੁਝ ਬੈਂਕਾਂ ਦੇ ਨਾਲ ਕਨੈਕਸ਼ਨ ਹੈਗੇ ਇਸ ਕਰਕੇ ਸਾਨੂੰ ਇਹਨਾਂ ਬਾਰੇ ਕੁਝ-ਕੁਝ ਅਹ ਨ ਪਤਾ ਹੈਗਾ ਜੀ ਜਿਹੜੀ ਮੇਨ ਗੱਲ ਹੈ ਜੇ ਤੁਸੀਂ ਨੋਰਮਲ ਜੀ ਆਪਰੇਸ਼ਨ ਕਰਦੇ ਆ ਨੋਰਮਲ ਕੰਮ ਕਰਦੇ ਆ ਸਿਰਫ ਪੈਸੇ ਘਟਾਣੇ ਆ ਭੇਜਣੇ ਇੰਡੀਆ ਨੂੰ ਭੇਜਣੇ ਇਹਦੇ ਲਈ ਤੁਸੀਂ 10 ਰੁਪਏ ਦਾ ਕਾਰਡ ਲਓ 100 ਹੋਵੇ ਸੇ ਜਾਓ ਤੁਹਾਡੇ ਸਾਰੇ ਚੰਚੜ ਖਤਮ ਨਾਲੇ ਬੈਂਕ ਚ ਪੈਸੇ ਆਏ ਜਾਂ ਨਹੀਂ ਆਏ ਬੈਂਕ ਚ ਜਾਣ ਦੀ ਲੋੜ ਨਹੀਂ ਹੈਗੀ ਮੋਬਾਈਲ ਜੈ ਐਪਲੀਕੇਸ਼ਨ ਪਰੋ ਪੋਸਟ ਪੇ ਮੋਬਾਈਲ ਦੀ ਇੱਕ ਮਿੰਟ ਜ਼ਿਆਦਾ ਤੋਂ ਜ਼ਿਆਦਾ ਇੱਕ ਮਿੰਟ ਦੇ ਵਿੱਚ ਤੁਹਾਡੇ ਪੈਸੇ ਆਏ ਜਾਂ ਨਹੀਂ ਪਤਾ ਲੱਜ ਜਾਂਦਾ ਤੁਸੀਂ ਕਿਸੇ ਨੂੰ ਪੈਸੇ ਭੇਜਣੇ ਹੋ ਉਸ ਬੰਦੇ ਕੋ ਪੋਸਟਪੇ ਕਾਰਡ ਆ ਤਾਂ ਇਹ ਪੋਸਟਪੇ ਕਾਰਡ ਚ ਮੇਰੇ ਸਾਨ 10 ਸੈਕਿੰਡ ਚ ਉਸ ਬੰਦੇ ਦੇ ਕੋਲ ਪੈਸੇ ਪਹੁੰਚ ਜਾਂਦੇ ਆ ਮੁਨੀਫੀ ਕੋ ਕਰਨੀ ਹੈ ਤਾਂ ਇਸ ਕਾਰਡ ਤੋਂ ਹੋ ਜਾਂਦੀ ਆ ਐਪ ਤੋਂ ਹੋ ਜਾਂਦੀ ਆ ਜੇ ਤੁਸੀਂ ਸਿੱਖਣਾ ਚਾਹਨੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹਦੇ ਉੱਤੇ ਸੀ ਇੱਕ ਅਲੱਗ ਜਿਹੜਾ ਹੁੰਦਾ ਗਾਈਡ ਇੱਕ ਅਲੱਗ ਵੀਡੀਓ ਬਣਾਵਾਂਗੇ ਜਿੱਚ ਸਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕੀ ਕੀ ਕਿੱਦਾਂ ਕਿੱਦਾਂ ਕਿਹੜਾ ਕਿਹੜਾ ਸਾਬ ਕਰਨਾ ਹੁੰਦਾ ਹੈ ਤੇ ਤਕਰੀਬਨ ਉਮੀਦ ਵੀ ਇਹੀ ਕਰਦਾ ਕਿ ਜਿਹੜਾ ਸਾਡਾ ਇਹ ਅੱਜ ਦਾ ਭਾਗ ਤੁਹਾਨੂੰ ਵਧੀਆ ਲੱਗਾ ਹੋਊਗਾ ਲਾਸਟ ਵਿੱਚ ਮੈਂ ਇਹ ਟਿਪ ਜ਼ਰੂਰ ਦਿੰਦੀ ਆ ਜੇ ਤੁਸੀਂ ਸਾਡੇ ਕੋਲ ਬੈਂਕ ਦੇ ਅਕਾਊਂਟ ਹੈਗੇ ਤਾਂ ਉਹਨਾਂ ਨੂੰ ਬੰਦ ਕਰਾ ਕੇ ਆਹ ਲਓ ਜੇ ਤੁਸੀਂ ਉਹਨਾਂ ਦੇ ਵਿੱਚ ਚੈੱਕ ਜਮਾ ਨਹੀਂ ਕਰਾਉਂਦੇ ਜੇ ਤੁਸੀਂ ਚੈੱਕ ਜਮਾ ਕਰਾਉਂਦੇ ਆ ਤਾਂ ਉਹਦੇ ਲਈ ਯੂਨੀਕ੍ਰੈਡ ਵਾਲਾ ਵਧੀਆ ਹੁੰਦਾ ਕਿਉਂਕਿ ਰਾਤ ਨੂੰ ਭਾਵੇਂ 12 ਵਜੇ ਜਾ ਕੇ ਜਮਾ ਕਰਾ ਦਿਓ ਉਹਨਾਂ ਦਾ ਬਾਹਰਲਾ ਸਿਸਟਮ ਹੁੰਦਾ ਪਰ ਜੇ ਤੁਹਾਡੇ ਕੋਲ ਚੈੱਕ ਜਮ੍ਹਾਂ ਕਰਾਉਣ ਲਈ ਨਹੀਂ ਹੈਗਾ ਤਾਂ ਫਿਰ ਸੌਖਾ ਜਿਹਾ ਤਰੀਕਾ 10 ਤੋਂ 12 ਰੁਪਏ 5 ਰੁਪਏ ਇਹਨਾਂ ਨੇ ਐਕਟੀਵੇਸ਼ਨ ਕੋਸਟ ਲੈਣਾ ਉਸ ਤੋਂ ਬਾਅਦ 10 ਰੁਪਏ ਤੁਹਾਡੇ ਸਾਲ ਬਾਦ ਨਹੀਂ ਤਾਂ 10 ਰੁਪਏ ਲੈ ਲੂਗੇ ਐਕਟੀਵੇਸ਼ਨ ਕੋਸਟ ਕਹਿੰਦਾ ਮਤਲਬ ਸਾਲ 'ਚ ਤੁਹਾਨੂੰ 10 ਰੁਪਏ ਇਹ ਪਹਿਣਾ ਉਸ ਤੋਂ ਬਾਅਦ 4 ਸਾਲ ਲਈ ਇਹ ਵੈਲਿਡ ਹੁੰਦਾ ਜੀ ਤੇ 30000 ਤੱਕ ਤੁਸੀਂ ਇਹਦੇ ਵਿੱਚ ਪੈਸਾ ਰੱਖ ਸਕਦੇ ਆਂ ਬਾਕੀ ਮਿਲਾਂ ਦਾ ਲਿਮਟ ਵਧਾ ਵੀ ਸਕਦੇ ਆਂ ਤੇ 30000 ਤੱਕ ਜੇ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਪੈਸੇ 30000 ਤੱਕ ਸਾਲ 'ਚ ਹੁੰਦੇ ਆ ਤਾਂ ਫਿਰ ਇਹ ਤੁਹਾਡੇ ਲਈ ਬੈਸਟ ਆਪਸ਼ਨ ਆ ਤੇ ਚਲੋ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ ਮਿਲਾਂਗੇ ਅਸੀਂ ਆਪਣੇ ਕੱਲ ਦੇ ਲਾਈਵ ਦੇ ਵਿੱਚ ਉਹ ਖਬਰਾਂ ਦਾ ਮੈਂ ਫਿਲਹਾਲ ਨਹੀਂ ਤੁਹਾਨੂੰ ਕੋਈ ਸੱਚ ਦੱਸ ਰਿਹਾ ਉਹ ਪੂਰਾ ਦੱਸ ਰਿਹਾ ਕਿ ਖਬਰਾਂ ਆਉਣਗੀਆਂ ਜਾਂ ਨਹੀਂ ਆਉਣਗੀਆਂ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਆਪਣੀ ਆ ਕੱਲ ਦੀਆਂ ਖਬਰਾਂ ਦੇ ਵਿੱਚ ਕੱਲ ਦੀਆਂ ਨਿਊਜ਼ਾਂ ਦੇ ਵਿੱਚ ਤੇ ਤੁਸੀਂ ਸੁਣੋ ਅਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਕੁਝ ਨਹੀਂ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ